ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਬੱਬੀ ਦੀ ਕਿਚਨ ਦੇ ਵਿੱਚ। ਅੱਜ ਆਪਾਂ ਬਣਾਵਾਂਗੇ ਸੈਂਡਵਿਚ। ਸੈਂਡਵਿਚ ਲਈ ਲਿਆ ਸਮਾਨ ਆਪਾਂ, ਇੱਕ ਕਿਊਕੰਬਰ ਲਈ ਆ, ਦੋ ਮੈਂ ਗਾਜਰਾਂ ਗਰੇਟ ਕੀਤੀਆਂ, ਅੱਧੀ ਆਪਾਂ ਸ਼ਿਮਲਾ ਮਿਰਚ ਲਈ, ਇੱਕ ਸ਼ਿਮਲਾ ਮਿਰਚ ਲਈ ਆ, ਦੋ ਛੋਟੇ ਟਮਾਟਰ ਲਏ ਆ, ਅਤੇ ਇੱਕ ਸੋਫਟ ਬ੍ਰੈਡ ਲਈ ਆ, ਵਾਈਟ ਬ੍ਰੈਡ। ਉਹਦੇ ਲਈ ਆਪਾਂ ਲਈ ਆ ਸੋਫਟ ਚੀਜ਼, ਦੋ ਡੱਬੀਆਂ ਚੀਜ਼ ਦੀਆਂ ਪਾਈਆਂ ਆਪਾਂ, ਆਹ ਵਾਲੀ ਚੀਜ਼ ਲਈ ਆ ਸੋਫਟ ਚੀਜ਼ ਹੈ ਨਾ। ਜੇ ਨਹੀਂ ਮਿਲਦੀ ਤੁਸੀਂ ਇਹਦੇ 'ਚ ਦੁੱਧ ਵਾਲੀ ਮਲਾਈ ਵੀ ਪਾ ਸਕਦੇ ਹੋ ਹੈ ਨਾ, ਪਰ ਆਪਾਂ ਇਹਦੇ ਨਾਲ ਬਣਾਵਾਂਗੇ। ਆਪਾਂ ਦੋਨੇ ਡੱਬੀਆਂ ਜਿਹੜੀਆਂ ਸੀਗੀਆਂ ਆਪਾਂ ਬੋਲ ਦੇ ਵਿੱਚ ਕੱਢ ਲਈਆਂ, ਇਹਨੂੰ ਆਪਾਂ ਥੋੜ੍ਹਾ ਜਿਹਾ ਪਹਿਲਾਂ ਸੋਫਟ ਕਰ ਲਈਏ, ਫਿਰ ਆਪਾਂ ਇਹਦੇ ਵਿੱਚ ਸਬਜ਼ੀਆਂ ਮਿਲਾਵਾਂ, ਮਿਕਸ ਕਰਾਂਗੇ ਸਾਰੀਆਂ ਜਿਹੜੀਆਂ ਕੱਟੀਆਂ ਹੋਈਆਂ, ਫਿਰ ਤੁਹਾਨੂੰ ਬਣਾਵਾਂਗੇ ਆਪਾਂ ਸੈਂਡਵਿਚ। ਆਪਣੀ ਚੀਜ਼ ਸਾਰੀ ਐਨ ਮੈਲਟ ਹੋ ਗਈ ਆ, ਇਹਦੇ 'ਚ ਆਪਾਂ ਹੁਣ ਪਾ ਦਈਏ, ਪਹਿਲਾਂ ਪਾਈਏ ਟਮਾਟਰ, ਦੋ ਛੋਟੇ ਟਮਾਟਰ ਸੀ, ਇੱਕ ਅੱਧੀ ਕਿਊਕੰਬਰ ਆ, ਇੱਕ ਸ਼ਿਮਲਾ ਮਿਰਚ ਲਈ ਸੀ ਆਪਾਂ, ਅਤੇ ਦੋ ਛੋਟੀਆਂ ਕੈਰਟਸ ਲਈ ਸੀ। ਬਾਕੀ ਤੁਸੀਂ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਹਾਂ, ਜੇ ਜ਼ਿਆਦਾ ਬਣਾਉਣੇ ਆ ਵੱਧ ਘੱਟ ਕਰ ਸਕਦੇ ਹੈ ਨਾ ਸਮਾਨ। ਅਤੇ ਹੁਣ ਆਪਾਂ ਪਾ ਦਈਏ ਇਹਦੇ 'ਚ ਸ਼ਿਮਲਾ ਮਿਰਚਾਂ, ਇਹ ਸਾਰਾ ਕਰਕੇ ਮਿਕਸ, ਫਿਰ ਆਪਾਂ ਸੈਂਡਵਿਚ ਬਣਾਉਣੇ ਆ। ਰੈਡੀ, ਸਾਰਾ ਕੁਛ ਮੈਂ ਮਿਕਸ ਕਰ ਲਿਆ ਇਹਦੇ 'ਚ, ਮਨੁੱਖ ਗਾਜਰਾਂ ਵੀ, ਮਿਰਚਾਂ, ਸ਼ਿਮਲਾ ਅਤੇ ਟਮਾਟਰ, ਸਾਰਾ ਕੁਛ, ਕਿਊਕੰਬਰ ਰੈਡੀ ਕਰ ਲਿਆ। ਹੁਣ ਆਪਾਂ ਇਹਦੇ 'ਚ ਪਾਵਾਂਗੇ ਕਾਲੀਆਂ ਮਿਰਚਾਂ ਥੋੜ੍ਹੀ ਜਿਹੀਆਂ, ਤੁਸੀਂ ਟੇਸਟ ਅਨੁਸਾਰ ਪਾ ਸਕਦੇ ਹੋ। ਪ੍ਰੈਸ ਕਰਕੇ ਪਾ ਲੈਣੀਆਂ ਥੋੜ੍ਹੀ ਜਿਹੀਆਂ ਆਪਾਂ ਹਰੀਆਂ ਪਾਵਾਂਗੇ, ਟੇਸਟ ਦੇ ਹਿਸਾਬ ਦੇ ਨਾਲ ਥੋੜ੍ਹਾ ਜਿਹਾ ਲੂਣ ਪਾਵਾਂਗੇ ਆਪਾਂ। ਅਤੇ ਤੁਸੀਂ ਪਿਆਜ਼ ਵੀ ਪਾ ਸਕਦੇ ਹਾਂ, ਪਰ ਪਿਆਜ਼ਾਂ ਤੋਂ ਸਾਨੂੰ ਐਲਰਜੀ ਆ, ਮੈਂ ਪਿਆਜ਼ ਪਾਏ, ਤੁਸੀਂ ਪਿਆਜ਼ ਵੀ ਕੱਟ ਕੇ ਪਾ ਸਕਦੇ ਹਾਂ। ਆਹ ਹਰੀ ਮਿਰਚ ਵੀ ਗਰੇਟ ਕਰਕੇ ਰੱਖੀ ਸੀ, ਇਹ ਆਪਾਂ ਹਰੀ ਮਿਰਚ ਪਾ ਕੇ ਥੋੜ੍ਹੀ ਜਿਹੀ ਵਿੱਚ, ਇਹ ਤਾਂ ਲਾ ਕੇ ਦਿਖਾਉਂਦੀ ਮੈਂ ਕਿੱਦਾਂ ਲਾਉਣੀ ਹੈ ਆਪਾਂ, ਇਹਦੇ ਨਾਲ ਵੀ ਲਾ ਸਕਦੇ ਤੁਸੀਂ, ਫੋਰਕ ਦੇ ਨਾਲ ਉਹਨਾਂ ਨਾਈਫ ਨਾਲ ਵੀ ਲਾ ਸਕਦੇ ਹਾਂ, ਇੱਦਾਂ ਲਾ ਕੇ ਪਤਲੀ ਪਤਲੀ, ਅਤੇ ਦੂਸਰੀ ਬ੍ਰੈਡ ਆਪਾਂ ਉੱਤੇ ਰੱਖ ਦੇਣੀ, ਇਹਦੇ ਠੰਡਾ ਸੈਂਡਵਿਚ ਬਣ ਗਿਆ ਆਪਣਾ। ਇੱਕ ਤੁਹਾਨੂੰ ਆਪਾਂ ਗਰਮ ਵਾਲਾ ਬਣਾ ਕੇ ਦਿਖਾਉਂਗੀ, ਇੱਕ ਠੰਡੇ ਵਾਲਾ ਬਣਾ ਕੇ ਦਿਖਾਵਾਂਗੇ, ਠੀਕ ਹੈ ਜੀ। ਐਨ ਚੰਗੀ ਤਰ੍ਹਾਂ ਇੱਦਾਂ ਲਾ ਕੇ ਖੁੰਜਿਆ ਅਤੇ ਸਵਾਰ ਕੇ ਉੱਤੇ ਆਪਾਂ ਦੂਸਰੀ ਬ੍ਰੈਡ ਰੱਖ ਦੇਣੀ, ਇਹਦੇ ਐਨ ਘੁੱਟ ਦੇਣਾ ਇਹਨੂੰ, ਪਤਲਾ ਪਤਲਾ ਲਾ ਕੇ ਬ੍ਰੈਡ ਆਪਾਂ ਉੱਪਰ ਰੱਖ ਦੇਣੀ ਦੂਸਰੀ। ਅਤੇ ਹੁਣ ਆਪਾਂ ਤੁਹਾਨੂੰ ਤਵੇ 'ਤੇ ਇਹਨੂੰ ਕਰਕੇ ਦਿਖਾਉਂਦੀ ਹਾਂ, ਟੋਸਟ ਵਾਂਗੂ ਕਰਕੇ ਦਿਖਾਉਂਦੀ ਹਾਂ। ਆਪਣਾ ਤਵਾ ਗਰਮ ਹੋ ਗਿਆ, ਤਵਾ ਇਹਨੇ ਸਿਮ 'ਤੇ ਰੱਖਣਾ ਹੈ, ਇਹਦੇ ਨਾਲ ਆਪਾਂ ਮੈਂ ਲਈ ਆ ਫਰਾਈ ਓਲੀਵਰ ਵਾਲੀ ਲਈ ਆ ਸਪਰੇ, ਤੁਸੀਂ ਇਹ 'ਤੇ ਬਟਰ ਵਗੈਰਾ ਵੀ ਲਾ ਸਕਦੇ, ਚਾਹੇ ਮਾਜਰੀਨ ਲਾ ਲਓ ਹੈ ਨਾ, ਅਤੇ ਇਹਨਾਂ ਬ੍ਰੈਡ ਆਪਣੀ ਉੱਤੇ ਚੁੰਬੜੂਗੀ ਨਹੀਂ। ਇਹਨੂੰ ਹੁਣ ਆਪਾਂ ਬ੍ਰੈਡ ਉੱਤੇ ਰੱਖ ਲਈ, ਇਹਦੇ ਇਹਨੂੰ ਹੁਣ ਆਪਾਂ ਮੱਠੀ ਮੱਠੀ ਅੱਗ 'ਤੇ ਐਨ ਇਹਨੂੰ ਸੇਕ ਲੈਣਾ। ਹੁਣ ਆਪਾਂ ਇਹਦੇ ਉੱਪਰ ਵੀ ਜਿੱਦਾਂ ਸਪਰੇਅ ਚਾਹੇ ਤੁਸੀਂ ਕਰ ਲਓ, ਇਹਦੇ ਨਾਲ ਇੱਦਾਂ ਵੀ ਕਰ ਸਕਦੇ ਹੈ ਨਾ, ਜੇ ਦੂਸਰਾ ਪਾਸਾ ਰੱਖ ਲੈਣਾ ਤਾਂ, ਨਹੀਂ ਤਾਂ ਤੁਸੀਂ ਆਪਾਂ ਇਹਦੇ 'ਤੇ ਮਾਜਰੀਨ ਵੀ ਲਾ ਸਕਦੇ ਹਾਂ, ਬਟਰ ਲਾ ਲਓ, ਚਾਹੇ ਘਿਓ ਲਾ ਲਓ, ਮਾਜਰੀਨ ਲਾ ਲਓ, ਇਹਦਾ ਪੋਲਾ ਪੋਲਾ ਇਹਦੇ 'ਤੇ ਲਾ ਦੇਣੇ ਆਪਾਂ। ਹੁਣ ਦੂਸਰਾ ਪਾਸਾ ਇਹਦੇ ਥਲ ਦੇਣਾ, ਹੌਲੀ ਕਿ ਨਹੀਂ ਆਪਣਾ ਹੋ ਗਿਆ, ਵੈਰੀ ਨਾਈਸ ਕਲਰ ਆਇਆ ਇਹਦਾ, ਇਹਦੇ ਨਾਲ ਫਿਰ ਸੋਫਟ ਹੋ ਜਾਊਗੀ, ਇਸ ਤੋਂ ਨਾਈਸ ਹੀ ਐਨ ਚੰਗੀ ਤਰ੍ਹਾਂ ਲਾ ਕੇ ਇਹਨੂੰ ਫਿਰ ਨਾ ਘੁੱਟ ਦੇਣਾ ਸਵਾਰ ਕੇ, ਇਹ ਖੁੱਲ੍ਹੇ ਨਾ। ਨਾਈਸ ਆਪਣਾ ਹੋ ਗਿਆ ਰੈਡੀ ਸੈਂਡਵਿਚ। ਦੱਸਿਓ ਮੈਨੂੰ ਕਿੱਦਾਂ ਦਾ ਬਣਿਆ, ਤੁਸੀਂ ਬਣਾ ਕੇ ਦੇਖਿਓ, ਲੋਕਡਾਊਨ ਚੱਲਦਾ ਹੈ, ਨਿਆਣਿਆਂ ਨੂੰ ਕੁਛ ਨਾ ਕੁਛ ਦਿਓ ਬਣਾ ਕੇ ਹੈ ਨਾ, ਨਿਆਣੇ ਬਾਹਰ ਨਾ ਜਾਣ ਖਾਣ, ਬਾਹਰ ਤਾਂ ਮਿਲਦਾ ਵੀ ਨਹੀਂ ਗਾ। ਅਤੇ ਟਰਾਈ ਕਰਕੇ ਦੇਖਿਓ, ਦੱਸਿਓ ਕਿੱਦਾਂ ਦਾ ਬਣਿਆ, ਨਾਲੇ ਚੈਨਲ ਨੂੰ ਲਾਈਕ ਸ਼ੇਅਰ ਕਰ ਦਿਓ ਪਲੀਜ਼, ਥੈਂਕ ਯੂ ਵੈਰੀ ਮੱਚ ਵੀਡੀਓ ਦੇਖਣ ਦਾ। ਅਤੇ ਇੱਧਰਲੇ ਪਾਸੇ ਵੀ ਆਪਾਂ ਚੰਗੀ ਤਰ੍ਹਾਂ ਇਹਨੂੰ ਬਟਰ ਲਾ ਦਈਏ, ਤੁਸੀਂ ਸਪਰੇਅ ਵੀ ਕਰ ਸਕਦੇ ਹਾਂ, ਬਟਰ ਵੀ ਲਾ ਸਕਦੇ ਹਾਂ, ਜੋ ਤੁਹਾਡਾ ਦਿਲ ਕਰਦਾ ਤੁਸੀਂ ਇੱਥੇ ਕਰ ਸਕਦੇ ਹੋ ਹੈ ਨਾ। ਦੇਖੋ ਆਪਣਾ ਸੈਂਡਵਿਚ ਹੋ ਗਿਆ ਰੈਡੀ, ਨਹੀਂ ਆਹ ਰੈਡੀ ਹੋ ਗਿਆ, ਵੈਰੀ ਨਾਈਸ ਬਣ ਗਿਆ। ਆਹ ਵੀ ਕੱਟ ਕੇ ਦਿਖਾਉਂਦੇ ਆਪਾਂ, ਜਿਹੜਾ ਤਵੇ 'ਤੇ ਕੀਤਾ, ਆਪਣੇ ਸੈਂਡਵਿਚ ਹੋ ਗਿਆ ਰੈਡੀ। ਇੰਜੋਏ ਕਰੋ, ਖਾਓ, ਥੈਂਕ ਯੂ ਵੈਰੀ ਮੱਚ।